ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਸਾਰੇ ਠੀਕ ਠਾਕ? ਉਮੀਦ ਕਰਦੇ ਹਾਂ ਸਾਰੇ ਠੀਕ ਹੋ ਗਏ ਅਤੇ ਆਪਾਂ ਵੀ ਠੀਕ ਠਾਕ ਹਾਂ। ਮਿੰਟੂ ਨੇ ਸਾਫ਼ ਸਫਾਈ ਸਾਰੀ ਕਰਤੀ ਦੁਬਾਰਾ, ਅਤੇ ਅੰਦਰੋਂ ਵੀ ਸ਼ੀਸ਼ੇ ਸ਼ੂਸ਼ੇ ਆਪਾਂ ਕਰਤੇ ਸਾਫ਼, ਅਤੇ ਹੁਣ ਮਿੰਟੂ ਲੱਗਿਆ ਵੀਲ ਕੱਪ ਸਾਫ਼ ਕਰਤੇ। ਟੈਂਕੀਆਂ ਆਪਣੀਆਂ ਫੁੱਲ ਨੇ, ਇਹ ਵਿਚਾਰਾ ਟਾਇਰ ਜਾਂਦਿਆਂ ਵੇਚ ਕੇ ਜਾਣਾ ਪੈਣਾ ਕਿਤੇ, ਕਿਉਂਕਿ ਆਪਣੇ ਕੋਲ ਸਟੱਪਣੀ ਨਹੀਂ ਹੈ, ਮਤਲਬ ਰਿੰਮ ਨਹੀਂ ਹੈ, ਨਹੀਂ ਤਾਂ ਰਿੰਮ 'ਚ ਟੰਗ ਦੇਣਾ ਸੀ। ਅਤੇ ਕੱਲ੍ਹ ਮਿਲੇ ਨਹੀਂ ਆਪਾਂ ਨੂੰ ਇੱਥੋਂ ਕਾਗਜ਼, ਕੱਲ੍ਹ ਛੁੱਟੀ ਸੀ, ਅੱਜ ਮਿਲਣਗੇ। ਮੈਂ ਚੱਲਾਂ ਹੌਲੀ ਹੌਲੀ ਬੱਸ 'ਚ ਬਹਿ ਕੇ, ਹੁਣ ਤਾਂ ਆ ਜਾਏਗਾ ਤੂੰ ਭਰ ਗਈ ਹੈ। ਇਹ ਚੱਪਲਾਂ ਮਿੰਟੂ ਨੇ ਵੀ ਟਾਇਰ ਚੜਾਏ ਨਵੇਂ, ਚੱਪਲਾਂ ਨਵੀਆਂ ਲਿਆਂਦੀਆਂ ਅਤੇ ਇਹ ਪੁਰਾਣੀਆਂ ਸੁੱਟਤੀਆਂ। ਅਤੇ ਇਹ ਗੱਡੀਆਂ ਚੱਲਦੀਆਂ ਇੱਥੇ ਲੋਕਲ, ਅਤੇ ਇਹ ਘੋੜੇ ਖੜ੍ਹੇ ਹੋਏ ਨੇ, ਇੱਕ ਇਹ ਸਾਹਮਣੇ ਖੜ੍ਹਿਆ, ਪਾਰਕਿੰਗ ਵਾਲਾ ਨੇ ਰੱਖਿਆ। ਅਤੇ ਉੱਥੋਂ ਲੈ ਕੇ ਇੱਕ ਦੋ ਤਿੰਨ ਚਾਰ ਪੰਜ ਅਤੇ ਇੱਕ ਛੇ, ਇੱਕ ਅੱਗੇ ਉਹਦਾ ਚਾਹ ਵਾਲੇ ਦਾ ਡੰਪਰ ਖੜ੍ਹਿਆ, BS6 ਹੈ, ਪਤਾ ਨਹੀਂ 4 ਆ, ਸ਼ਾਇਦ 6 ਹੈ, 21 ਮਾਡਲ ਹੈ। ਇੰਨਾ ਵੀ ਨਹੀਂ ਮੇਰੇ ਧਿਆਨ 12 ਟੈਰੀ ਆ ਕਿ 16 ਟੈਰੀ ਆ, ਪਰ ਇੰਨਾ ਪਤਾ ਕਿ ਖੜ੍ਹਿਆ ਉੱਥੇ। ਅਤੇ ਬਾਕੀ ਬਾਈ ਇੱਕ ਚੀਜ਼, ਇੱਕ ਗੱਲ ਕਲੀਅਰ ਕਰਨੀ ਸੀ ਮੈਂ ਤੁਹਾਡੇ ਨਾਲ, ਮਤਲਬ ਕੁਛ ਕਹਿਣਾ ਸੀ ਤੁਹਾਨੂੰ, ਜਿੱਦਾਂ ਕਿ ਕਾਫੀ ਬੰਦੇ ਵਿੱਚ ਕਮੈਂਟ ਕਰਦੇ ਪਏ ਸੀ, ਜਿਹੜੀ ਮੈਂ ਮਤਲਬ ਗਰੰਟੀ ਵਾਲੀ ਵੀਡੀਓ ਪਾਈ ਸੀ, ਬਈ ਕਿਸੇ ਨੇ ਗਰੰਟੀ ਨਹੀਂ ਪਾਈ, ਅਤੇ ਬੰਦੇ ਕਹਿੰਦੇ ਬਈ ਗਰੰਟੀ ਕੋਈ ਨਹੀਂ ਕਿਸੇ ਦੀ ਪਾਉਂਦਾ, ਕਿਉਂਕਿ ਬਾਅਦ 'ਚ ਲੋਕ ਕਿਸ਼ਤ ਤੋੜ ਦਿੰਦੇ ਨੇ ਅਤੇ ਦਿੱਕਤ ਆ ਜਾਂਦੀ ਆ, ਉਸ ਕਰਕੇ। ਮੈਂ ਇਸ ਚੀਜ਼ ਨਾਲ ਸਹਿਮਤ ਹਾਂ, ਬਈ ਮਤਲਬ ਸਹੀ ਗੱਲ ਹੈ, ਇੱਦਾਂ ਹੁੰਦਾ ਕਾਫੀ ਬੰਦਿਆਂ ਨਾਲ। ਅਤੇ ਮੈਂ ਇੱਕ ਚੀਜ਼ ਹੋਰ, ਸ਼ਾਇਦ ਮੈਂ ਗਲਤੀ ਹਾਂ, ਜ਼ਰੂਰੀ ਨਹੀਂ ਕਿ ਆਪਾਂ ਠੀਕ ਹਾਂ, ਜਿਹੜੇ ਬਾਈ ਹੁਣ ਮੇਰੇ ਵਰਗਾ ਕੋਈ ਬੰਦਾ ਗੱਡੀ ਦੇ ਕੰਮ 'ਚ ਆ ਰਿਹਾ, ਗੱਡੀ ਲੈਣਾ ਚਾਹੁੰਦਾ, ਜਿਹਦੇ ਕੋਲ ਕੋਈ ਮਤਲਬ ਕੋਈ ਜਾਣਕਾਰੀ ਨਹੀਂ ਹੈ, ਜਾਂ ਫਿਰ ਜਿੱਦਾਂ ਕੋਈ ਪ੍ਰੋਪਰਟੀ ਨਾ ਹੋਏ ਬੰਦੇ ਕੋਲ, ਅਤੇ ਉਹ ਬੰਦੇ ਦੀ ਤਾਂ ਕਦੀ ਕੋਈ ਗਰੰਟੀ ਪਾਏਗਾ ਹੀ ਨਹੀਂ। ਅਤੇ ਮਤਲਬ ਹੈ ਕਿ ਬਈ ਜੇ ਕੋਈ ਗਰੀਬ ਵਿਚਾਰਾ ਉੱਪਰ ਉੱਠਣ ਦੀ ਸੋਚਦਾ ਪਿਆ, ਅਤੇ ਉਹਦੀ ਆਪਾਂ ਗਰੰਟੀ ਨਹੀਂ ਪਾਉਣੀ, ਕਿਉਂਕਿ ਉਹ ਕਿਸ਼ਤ ਤੋੜ ਸਕਦਾ। ਜੇ ਕੋਈ ਬਾਈ 8-10 ਲੱਖ ਰੁਪਇਆ ਲਾ ਰਿਹਾ, ਕਿਸ਼ਤ ਕਿਸੇ ਤੋਂ ਵੀ ਟੁੱਟ ਸਕਦੀ ਆ, ਜਾਣ ਕੇ ਕਿਸ਼ਤ ਕੋਈ ਨਹੀਂ ਤੋੜਦਾ, ਕਈ ਵਾਰ ਕੋਈ ਇਹੋ ਜਿਹੀ ਦਿੱਕਤ ਆ ਜਾਂਦੀ ਆ। ਹੁਣ ਜਿੱਦਾਂ ਅਸੀਂ ਮੰਨ ਲਓ ਇੱਥੇ 18 ਦਿਨ ਅਸੀਂ ਖੜ੍ਹੇ ਹਾਂ, ਅਤੇ ਕਈ ਵਾਰੀ ਬੰਦੇ ਕੋਲ, ਹੁਣ ਚਲੋ ਐਸੀ ਗੱਲ ਨਹੀਂ ਹੈ ਕਿ ਸਾਡੀ ਕਿਸ਼ਤ ਟੁੱਟ ਜਾਏਗੀ, ਕਰਾਂਗੇ ਕੁਛ ਨਾ ਕੁਛ, ਕਿਸ਼ਤ 'ਤੇ ਟੁੱਟਣ ਦਿੰਦੇ, ਕਿਉਂਕਿ ਕਿਸੇ ਬੰਦੇ ਨੇ ਗਰੰਟੀ ਪਾਈ ਹੈ ਕਿਸੇ ਦੇ, ਮਤਲਬ ਸਾਨੂੰ ਤਾਂ ਅਗਲੇ ਨੇ ਗੱਡੀ ਹੀ ਆਪਣੇ ਨਾਮ 'ਤੇ ਲੈ ਕੇ ਦਿੱਤੀ ਆ, ਉਹ ਬੰਦੇ ਦਾ ਦੇਖੋ ਕਿੰਨਾ ਤਕੜਾ ਜਿਗਰ ਆ। ਤੁਸੀਂ ਲੋਕ ਕਹਿ ਰਹੇ ਹੋ ਬਈ ਗੁੱਸਾ ਨਾ ਕਰੀ, ਗੁੱਸਾ ਮੈਨੂੰ ਕਿਸੇ ਦੇ ਕਮੈਂਟ ਦਾ ਕੋਈ ਗੁੱਸਾ ਨਹੀਂ ਆ, ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਸੋਚ ਆ, ਅਤੇ ਕਈ ਬੰਦੇ ਨਹੀਂ ਸੋਚਦੇ ਆ ਚੀਜ਼ ਨੂੰ। ਜੇ ਤੁਸੀਂ ਅੱਜ ਇੱਥੇ ਤੱਕ ਪਹੁੰਚੇ ਹੋ, ਜੇ ਮੰਨ ਲਓ ਕੋਈ ਮੇਰੇ ਵਰਗਾ ਹੈਗਾ, ਅਤੇ ਉਸ ਬੰਦੇ ਦੀ ਵੀ ਕਿਸੇ ਨੇ ਗਰੰਟੀ ਪਾਈ ਹੋਏਗੀ, ਤਾਂ ਹੀ ਅੱਜ ਮਤਲਬ ਇੰਨੇ ਤਕੜੇ ਤਕੜੇ 30-35 ਗੱਡੀਆਂ ਵਾਲੇ ਬਣੇ ਹੋ ਤੁਸੀਂ, ਜੇ ਤੁਹਾਡੀ ਕਿਸੇ ਨੇ ਕੋਈ ਗਰੰਟੀ ਪਾਈ ਸੀ। ਚਲੋ ਹੋ ਸਕਦਾ ਕਿ ਤੁਹਾਨੂੰ ਇਸ ਚੀਜ਼ ਦੀ ਲੋੜ ਨਾ ਪਈ ਹੋਏ,
ਪਰ ਕਿਸੇ ਨਾ ਕਿਸੇ ਨੂੰ ਤੇ ਪਈ ਹੋਣੀ ਜਿੰਨੇ ਪਹਿਲੀ ਵਾਰ ਕੰਮ ਸ਼ੁਰੂ ਕੀਤਾ ਹੈਗਾ, ਐਸੀ ਗੱਲ ਤੇ ਐ ਨਹੀਂ ਕਿ ਕਿਸੇ ਨੂੰ ਗਰੰਟੀ ਦੀ ਲੋੜ ਨਹੀਂ ਪਈ ਹੋਏਗੀ। ਤੇ ਇਸ ਕਰਕੇ ਬਈ ਸਭ ਆਪਣੀ ਆਪਣੀ ਜਗ੍ਹਾ ਸਹੀ ਹੈ, ਤੁਸੀਂ ਆਪਣੀ ਜਗ੍ਹਾ ਸਹੀ ਹੋ, ਮੈਂ ਆਪਣੀ ਜਗ੍ਹਾ ਸਹੀ ਹਾਂ। ਅਤੇ ਬੰਦਾ ਗਰੰਟੀ ਵਾਸਤੇ ਉਸੇ ਬੰਦੇ ਨੂੰ ਕਹਿੰਦਾ ਜਿਹਨੂੰ ਜਾਣਦਾ ਹੈ, ਅਤੇ ਆਪਾਂ ਵੀ ਗਰੰਟੀ ਉਸੇ ਬੰਦੇ ਦੀ ਪਾਉਂਦੇ ਹਾਂ ਜਿਹਨੂੰ ਆਪਾਂ ਜਾਣਦੇ ਹੋਈਏ। ਜਾਂ ਤਾਂ ਗਰੰਟੀ ਉਹ ਬੰਦਾ ਨਹੀਂ ਪਾਉਂਦਾ। ਬਈ ਕਾਫੀ ਲੋਕ ਹੁੰਦੇ ਆ ਜਿਹੜੇ ਸੋਚਦੇ ਆ ਬਈ ਕੁਛ ਬਣਨਾ, ਜੇ ਮਤਲਬ ਕਈ ਤਰ੍ਹਾਂ ਦੇ ਹੁੰਦੇ ਆ ਲੋਕ, ਸਾਰੇ ਗਲਤ ਵੀ ਨਹੀਂ ਹੁੰਦੇ, ਅਸੀਂ ਵੀ ਠੀਕ ਨਹੀਂ, ਅਸੀਂ ਵੀ ਗਲਤ ਹੋ ਸਕਦੇ ਹਾਂ, ਐਸੀ ਗੱਲ ਨਹੀਂ ਆ। ਅਤੇ ਹੁਣ ਮਿਲਦੇ ਆ ਤੁਹਾਨੂੰ 5-7 ਮਿੰਟ ਬਾਅਦ ਚਾਹ ਚੂ ਪੀ ਕੇ। ਫਿਰ ਲਓ ਵੀ ਮਿੱਤਰੋ, ਬਿੱਲ ਮਿਲ ਗਏ ਨੇ ਆਪਾਂ ਨੂੰ, ਅਤੇ ਗੱਡੀ ਆਪਣੀ ਪਠਾਨ ਦੇ ਅੰਦਰੋਂ ਆਪਾਂ ਆਏ ਹਾਂ। 11 ਕਿਲੋਮੀਟਰ, 11:30 ਕਹਿੰਦੀ ਜਾਓ ਜਾ ਰਹੇ ਹੋ, ਮੈਂ ਹਾਂਜੀ ਕਹਿੰਦਾ ਠੀਕ ਹੈ ਬਾਏ ਬਾਏ। ਦੀਦੀ ਹੀ ਹੋਟਲ ਵਾਲੀ, ਹੋਰ ਨਾ ਕੁਛ ਸਮਝ ਗਿਆ। ਬੜੇ ਦਿਨ ਰੋਟੀਆਂ ਖਾਧੀਆਂ ਵਿਚਾਰੀ ਦੀਆਂ, ਹੁਣ ਮਿਲਦੇ ਹਾਂ ਤੁਹਾਨੂੰ ਚੱਲ ਕੇ ਹਾਈਵੇ ਉੱਤੇ। ਲੋ ਜੀ ਟਾਈਮ ਹੋ ਗਿਆ 8:45, ਅਤੇ ਆਪਾਂ ਬਸ ਸਿਲੀਗੁੜੀ ਪਹੁੰਚਣ ਵਾਲੇ ਹਾਂ। ਕਿੰਨੇ ਵਜੇ ਖੁੱਲ੍ਹਦੀ ਆ ਲੋ ਐਂਟਰੀ? 9 ਵਜੇ, ਅਤੇ ਨਿਕਲ ਹੀ ਜਾਵਾਂਗੇ ਆਪਾਂ। ਉੱਦਣ ਆਪਾਂ 9 ਵਜੇ ਹੀ ਨਿਕਲ ਗਏ ਹੈ ਨਾ। ਅਤੇ ਹੁਣ ਗੱਡੀਆਂ ਇੱਥੇ ਰੁਕੀਆਂ ਹੀ ਹੋਣਗੀਆਂ, ਅਤੇ ਆਪਾਂ ਹੁਣ ਸਾਰਿਆਂ ਤੋਂ ਅੱਗੇ ਹੀ ਲੈ ਜਾਣੀ ਆ, ਕਿਉਂਕਿ ਫਿਰ ਅੱਗੇ ਵੀ ਜਾਮ ਲੱਗ ਜਾਂਦਾ ਬਾਗ ਹੈਨਾ, ਠਾਕਰਗੰਜ ਬਹਾਦਰਗੰਜ ਵੀ ਜਾ ਕੇ ਫਿਰ ਜਾਮ ਲੱਗਣਾ ਸ਼ੁਰੂ ਹੋ ਜਾਂਦਾ। ਅਤੇ ਇਸ ਕਰਕੇ ਆਪਾਂ ਸੋ ਜਾਵਾਂਗੇ ਜਾਮ ਲੱਗਣ ਤੋਂ ਪਹਿਲਾਂ ਹੀ, ਅਤੇ ਉਸ ਤੋਂ ਬਾਅਦ ਮਿੰਟੂ ਜਾਣੇ, ਮਿੰਟੂ ਦਾ ਕੰਮ ਜਾਣੇ, ਅਤੇ ਰਾਤ ਨੂੰ ਵਲੋਗ ਆਏਗਾ ਮਿੰਟੂ ਦਾ, ਮਿੰਟੂ ਵਾਲਾ ਵਲੋਗ ਜ਼ਰੂਰ ਦੇਖਿਓ, ਜਿਹੜਾ ਚੈਨਲ ਨੂੰ ਛੇਤੀ ਛੇਤੀ ਕਰ ਦਿਓ ਸਬਸਕ੍ਰਾਈਬ। ਹੁਣ ਤੱਕ ਤਾਂ ਚੈਨਲ ਮਿੰਟੂ ਦਾ ਮੋਨੋਟਾਈਜ਼ ਹੋ ਜਾਣਾ ਸੀ ਜੇ ਗੱਡੀ ਕੱਢਤੀ ਨਾ, 15-20 ਵਲੋਗ ਪੈ ਜਾਂਦੇ ਸੀ ਤੇਰੇ, ਟਾਈਮ ਪੂਰਾ ਹੋ ਜਾਣਾ ਸੀ। ਚਲੋ ਕੋਈ ਨਹੀਂ, ਹੁਣ ਡੇਲੀ ਆਏਗਾ ਵਲੋਗ ਮਿੰਟੂ ਦਾ, ਪਰ ਪਹਿਲਾਂ 2-3 ਵਲੋਗ ਆਪਾਂ ਇਕੱਠੇ ਕਰ ਲੈਣੇ, ਫਿਰ ਛੱਡਾਂਗੇ ਡੇਲੀ 2-3 ਵਲੋਗ ਕਰਕੇ ਰੱਖਣਾ ਹੈ, ਫਿਰ ਪਾਵਾਂ ਹੈ ਡੇਲੀ। ਮਿਲਦੇ ਹਾਂ ਤੁਹਾਨੂੰ ਚੱਲ ਕੇ ਸਿਲੀਗੁੜੀ ਦੇ ਲਾਗੇ। ਕੱਲ੍ਹ ਰੱਬ ਸੁੱਖ ਰੱਖੇ ਕੱਲ੍ਹ ਅਸੀਂ ਪਹੁੰਚ ਜਾਵਾਂਗੇ ਨਵੇਂ ਟਾਇਰਾਂ ਕੋਲ, ਨਵੇਂ ਟਾਇਰ ਲਾਵਾਂਗੇ ਜਾ ਕੇ। ਸਾਡੇ ਟਾਇਰ ਵੀ ਵਿਚਾਰੇ ਡੀਕ ਡੀਕ ਕੇ, ਉਹ ਅਸੀਂ ਵੀ ਗਲਤੀ ਕਰਤੀ, ਪਰ ਪਹਿਲੇ ਪਤਾ ਨਹੀਂ ਨਾ, ਮੰਗਾਉਣੇ ਹੀ ਨਹੀਂ ਹੈਨਾ, ਹੁਣ ਆਏ ਸੀ ਉਹ ਹੁਣ ਮੰਗਾ ਲੈਂਦੇ ਉਹਨਾਂ ਨੂੰ, ਪਤਾ ਨਹੀਂ ਨਾ, ਜੇ ਪਹਿਲੇ ਪਤਾ ਹੁੰਦਾ ਤਾਂ ਫਿਰ ਤਾਂ ਆਪਾਂ ਭਰਨੀ ਨਹੀਂ, ਜੇ ਪਹਿਲੇ ਪਤਾ ਹੁੰਦਾ ਤਾਂ। ਬਾਕੀ ਕੋਈ ਗੱਲ ਨਹੀਂ, ਵਾਧੇ ਘਾਟੇ ਚੱਲਦੇ ਰਹਿੰਦੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਹੋ ਸਕਦਾ ਬਈ ਇਹਦੇ 'ਚ ਵੀ ਕੁਛ ਚੰਗਾ ਹੀ ਸੋਚਿਆ ਹੋਇਆ ਰੱਬ ਨੇ ਸਾਡੇ ਵਾਸਤੇ। ਬਾਕੀ ਇੱਕ ਜਗ੍ਹਾ ਖੜੇ ਰਹੇ ਹਾਂ, ਕੋਈ ਜ਼ਿਆਦਾ ਕੋਈ ਇਹੋ ਜਿਹਾ ਵੱਡਾ ਕੋਈ ਨੁਕਸਾਨ ਨਹੀਂ ਹੋਇਆ ਕਿ ਨਹੀਂ। ਹੋਰ ਮਾਰਚ ਦਾ ਮਹੀਨਾ, ਕੋਈ ਇਹੋ ਜਿਹਾ ਸਾਲਾ ਕੋਈ ਚਲਾਨ ਹੀ ਹੋ ਜਾਂਦਾ ਫਿਰ ਕੀ ਕਰ ਲੈਂਦੇ ਕਿ ਨਹੀਂ। ਹੁਣ ਖੜੇ ਰਹੇ ਹਾਂ, ਘਸਾਈ ਤੇ ਨਹੀਂ ਹੋਈ ਸਾਲੀ,
एक बंदे दा कमेंट आया ही कहंदा मिंटू वाले व्लॉग च ना पता नहीं मेरे वाले व्लॉग च आया सी शायद मेरे वाले जी कहंदा मिंटू लगता चिट्टा लांदा ते मैं उन्हों कहा भाई मैं लगता तू मिंटू दे नाल ही आके लांदा रहा मैं लगता तुसीं इकट्ठे लांदे रहे हो ते दोबारा बंदे दा कोई कमेंट नहीं आया भाई चिट्टा लांदा काला लांदा मैं समझ नहीं लगती लोगों की कमेंट की सोच के करते हैं ये करो ही ना तुम नहीं कोई चीज चंगी लगती ना देखो किसी गलत तो ना बोलो चिट्टा लाता फलाना लाता जल जेला लाता भी है तू दे जा रहा या तेरे को मंग के लाया तेन कैमें पता या तो तू ये ना लाता है पक्का के नहीं प्याने प्याने लोग सही कमेंट करे फिर अद्धे भरा साडे गुस्सा कर जाते ने भाई साडे कमेंट का जवाब नहीं देता जे कोई गलत कमेंट करता ओदा जवाब दे देंदे बाकी तुसीं कमेंट इन्ने वधिया वधिया करदे हो दिल खुश हो जाता बाकी चिट्टा पींदे फिर रहे हैं दस ते बाकी रही गल गरंटी वाली गरंटी पानी भी कई बार बंदे की जरूरी होंगी है कई बंदा जे किसी की गरंटी तुम पाओगे अगला ताई कोई बेचारा इत्थे तक आएगा जे सारे ही सोची जान भई आ किस्तां तोड़ देगा ये कर देगा वो कर देगा वह फिर तो बेचारा कोई साडे वर्गा महत्व ड्राइवरिया ही करता रह जाएगा सारी उम्र अगले को 5-7 लाख रुपया होए भी ता भी अगला गड्डी नहीं पा सकता उन्होंने पता भी साड़ी किसी ने गरंटी नहीं पानी भाई गड्डी वाला काफ़ी बंदे आने बी जिन्हें बेचारे की लोगों ने गरंटी नहीं पाई हूँ जेडे बंदे ने कभी शुरू तो कम शुरू किया होना नवे सिरे तो जोड़ा कोई महत्व साढ़े वर्गा ही ओनी भी तो किसी ने गरंटी पाई होनी बिना गरंटी तो नहीं कोई काम होया होना अगले का बाकी वह गल लग गया कोई अगला घरों बहरों तंगना है जमीन जदाद वाला है नहीं भी गरंटी की लोड़ पैंती है उस बंदे पर हम जो कोई साढ़े वर्गा जिन्हें साढ़े वागू मतलब जीरो तो कम शुरू किया है उन्होंने तो लोड़ पई होगी यार ऐसी गल नहीं है जे साड़ी अज साड़ी किसी ने गरंटी पाई है तो कल जो सानू कोई कहेगा कोई बंदा जानकार होएगा तो आप अगले नहीं करा मतलब ऐसी गल नहीं है कि नहीं करा हाँ हो जाता भाई मान लो तुम मेरी गरंटी पाई है मेरे को किस्त टुट गई मेरी गड्डी कढ़ा लो टाइम होता है वह गल लग गया भी सिंपल खराब हो जाता मानते हैं दिक्कत आ जाती है अगले को कहो भी किस्त भर जिदे भी नाम गड्डी आप मतलब जिदी गरंटी पाई अगले को कहो किस्त भर बी तेरे करके मेरा रिकॉर्ड खराब होया टाइम लगता नाले आप गरंटी उस बंदे की पाने जिदे से सानू पता ही होंगे भाई आ बंदा किन्ने के जोग है की कर सकता की नहीं कर सकता बाकी गल जायजी बी जे सिंपल खराब हो जाए छेती नहीं सैट होंगे पर
ਯਾਰ ਜਿਹੜੇ ਬੰਦੇ ਕੋਲੇ ਵਿਚਾਰੇ ਕੋਲੇ ਕੋਈ ਗਾਰੰਟੀ ਨਹੀਂ ਹੈ ਉਹਦੀ ਕੋਈ ਗਾਰੰਟੀ ਨਹੀਂ ਪਾਣਾ ਚਾਹੁੰਦਾ ਉਹਦਾ ਵੀ ਤੇ ਕੋਈ ਹੱਲ ਹੋਣਾ ਚਾਹੀਦਾ ਨਾ ਉਹ ਯਾਰ ਉਹਦਾ ਹੱਲ ਹੈ ਹੀ ਹੈ ਵੀ ਅਗਲਾ ਬੰਦਾ ਉਹਨੂੰ ਧਾਰੇ ਤੇ ਦੇ ਸਕਦਾ ਇੱਕ ਟਾਈਮ ਤੇ ਵੀ ਲੈ ਵੀ ਭਰਾ ਮੇਰਾ ਵੀ ਸਿੰਪਲ ਰਹਿ ਜੇ ਤੇਰਾ ਵੀ ਸਰਕਲ ਘੁੰਮ ਜੇ ਹਾਂ ਅਗਲੇ ਨੂੰ ਇੱਕ ਮੌਕਾ ਦੋ ਦੋ ਮੌਕਾ ਜੇ ਹੁਣ ਚੱਲ ਕਈ ਵਾਰ ਨਹੀਂ ਵੀ ਹੁੰਦੇ ਬੰਦੇ ਕੋਲੇ ਕੋਈ ਪੂਰਾ ਸੋਰਾ ਹੁੰਦਾ पर मुकरी गल मेरे हिसाब नाल है कि जेड़ा कोई बंदा यार मेरे वर्गा नवा उठा जे कोई ताडे वर्गा भरा दी कोई गरंटी नहीं पाएगा तो अगला सारी उम्र धक्के ही खांदा रह जाएगा कि इहदी मदद करनी चाहीदी है नाले कोई भी बंदा किस्त बाकी एक और भी गल है हर एक बंदा सही नहीं होंदा हर एक बंदा माड़ा भी नहीं होंदा ते कोई भी बंदा ऐ नहीं सोचता कि यार मेरी गड्डी दी किस्त टुट जे जे अगले ने 4-5 लाख रुपया लाया होएगा ते जे किसी ने गारंटी पवाई होंदी अगला खड़ी कर लैंदा जेहड़े बंदे तो आपां गड्डी लैके आए ही उहदे भरा दे उहदे अपने भरा दी गारंटी पाई होई ही ते अगले ने स्क्रैप स्क्रूप बेची ही अगले ने गड्डी खड़ा ली चाचे ताया दे रिश्तेदारी च भरा ही अगले का अगले ने अपने भरा की गड्डी खड़ा ली अगले तो पैसे भराए ता गड्डी छड्डी ओहदी साडी गड्डी दे नाल ही पंप च गड्डी खड़ी होई ही 12 टायरी और सेम रंग रुंग सारा कुछ एहो जिहा ही सी ओहदा वी जो भी बंदा ए चीज सोचता तो आप भी ते बाकी जे किसी नूं वीडियो वधिया लगी होए लाइक शेयर कमेंट जरूर कर दिओ चैनल नूं कर दिओ सबसक्राइब मिलते हैं अगली वीडियो च अपना ख्याल रखो अपने परिवार का ख्याल रखो रब रखा सत श्री अकाल बाय बाय ते तरीक हो गई अज 18 ते आपा पहुंच गए हां फाटापुकर पहुंच गए ते इस तों बाद अगे आ जाना सिलीगुड़ी उस तो बाद सिलीगुड़ी पार करके ब्लॉग बनाएगा मिंटू आपा जो मैं सो राजस्थानी होटल ते रोटी खा के